ਡਾਕਟਰਾਂ ਦੇ ਹੋ ਰਹੇ ਹਮਲੇ ਤੋਂ ਬਾਅਦ ਡਾਕਟਰ ਚਿੰਤਾ ਦੇ ਵਿੱਚ ਨੇ, ਕਹਿ ਰਹੇ ਕਿ ਸੁਰੱਖਿਆ ਦੀ ਮੰਗ ਕੀਤੀ ਹੈ ਹਸਪੀਟਲਾਂ ਦੇ ਵਿੱਚ, ਸੁਰੱਖਿਆ ਗਾਰਡਾਂ ਦੀ ਗਿਣਤੀ ਵਧਾਈ ਜਾਵੇ। ਇੱਕ ਵਾਰ ਹਾਲ ਦੇਖ ਲਓ ਕਿ ਸਰਕਾਰੀ ਹਸਪਤਾਲ ਦੇ ਵਿੱਚ ਹਾਲ ਕੀ ਹੁੰਦਾ। ਮਰੀਜ਼ ਨੇ ਜਿਹੜੇ ਉਹ ਦੂਰੋਂ ਦੂਰੋਂ ਪਿੰਡੋਂ ਤੋਂ ਆਉਂਦੇ ਨੇ, ਆ ਕੇ ਹਰੇਕ ਨੂੰ ਕਾਹਲੀ ਹੁੰਦੀ ਹੈ ਕਿ ਅਸੀਂ ਡਾਕਟਰ ਨੂੰ ਮਿਲੀਏ, ਪਰ ਬਾਹਰ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਬਾਹਰ ਹਰ ਮਰੀਜ਼ ਨੂੰ ਰੋਕਣਾ ਮੁਸ਼ਕਲ ਹੈ। ਔਰ ਗੇਟ ਦੇ ਉੱਪਰ ਜਿਵੇਂ ਆ ਮਾਤਾ ਜੱਦੋਜਹਿਦ ਕਰ ਰਹੀ ਹੈ, ਇਸ ਤਰੀਕੇ ਦੇ ਨਾਲ ਮਰੀਜ਼ਾਂ ਨੂੰ ਸਮਝਾਉਣਾ ਪੈਂਦਾ। ਕਈ ਵਾਰ ਮਰੀਜ਼ ਹਾਈਪਰ ਵੀ ਹੋ ਜਾਂਦੇ ਨੇ, ਡਾਕਟਰਾਂ ਦੇ ਨਾਲ ਹੱਥੋਂ ਪਾਈ ਤੱਕ ਦੀ ਮੁਸੀਬਤ ਆ ਜਾਂਦੀ ਹੈ। ਔਰ ਜਿਸ ਤਰ੍ਹਾਂ ਇਹ ਮਾਤਾ ਸਮਝਾ ਰਹੀ ਹੈ, ਇਸੇ ਤਰ੍ਹਾਂ ਇਹਨਾਂ ਨੂੰ ਸਮਝਾਉਣਾ ਪੈਂਦਾ ਆਖਿਰਕਾਰ ਡਾਕਟਰ ਕਿਵੇਂ ਸਰਵਾਈਵ ਕਰਦੇ ਨੇ ਇਸ ਤਰ੍ਹਾਂ ਦੇ ਵੈਦਰ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਕੰਡੀਸ਼ਨ ਦੇ ਵਿੱਚ। ਆਪਾਂ ਡਾਕਟਰ ਸਾਹਿਬ ਨਾਲ ਗੱਲ, ਡਾਕਟਰ ਸਾਹਿਬ ਸੁਰੱਖਿਆ ਦਾ ਮੁੱਦਾ ਕਾਫੀ ਵੱਡਾ ਮੁੱਦਾ, ਡਾਕਟਰਾਂ 'ਤੇ ਹਮਲੇ ਹੋ ਗਏ ਨੇ, ਬਰੂਟਲੀ ਕਤਲ ਡਾਕਟਰਾਂ ਦੇ ਕੀਤੇ ਗਏ ਨੇ, ਸੁਰੱਖਿਆ ਕਿੱਡਾ ਵੱਡਾ ਇਸ਼ੂ ਹੈ? ਸੁਰੱਖਿਆ ਸਾਡੇ ਲਈ ਬਹੁਤ ਵੱਡਾ ਇਸ਼ੂ ਹੈ। ਅਸੀਂ ਰੋਜ਼ ਹੀ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਜਾਂ ਛੋਟੇ ਬਲਾਕ ਦੇ ਲੈਵਲਾਂ ਦੇ ਉੱਤੇ ਹਿੰਸਾ ਦੇ ਘਟਨਾਵਾਂ ਬਹੁਤ ਹੁੰਦੀਆਂ ਨੇ। ਈਵਨ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿਛਲੇ 2-3 ਮਹੀਨਿਆਂ ਦੇ ਵਿੱਚ 5-6 ਇਹੋ ਜਿਹੇ ਇੰਸੀਡੈਂਟਸ ਹੋਏ ਆ ਜਿਨ੍ਹਾਂ ਦੇ ਖਿਲਾਫ਼ ਸਾਨੂੰ ਪੁਲਿਸ ਕਾਰਵਾਈ ਕਰਾਉਣੀ ਪਈ ਹੈ। ਅਸਲ ਦੇ ਵਿੱਚ ਐਮਰਜੈਂਸੀ ਹੋ ਗਿਆ ਜਾਂ ਵਾਰਡ ਹੋ ਗਏ ਜਿੱਥੇ ਜ਼ਿਆਦਾ ਭੀੜ ਭੜੱਕਾ ਰਹਿੰਦਾ ਅਤੇ ਐਮਰਜੈਂਸੀ ਵਾਲੇ ਹਾਲਤ ਆਉਂਦੀ ਹੈ, ਉੱਥੇ ਹਿੰਸਾ ਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਨੇ। ਮੈਂ ਦੇਖ ਰਹੀ ਸਰ 20 ਦੇ ਕਰੀਬ ਸੁਰੱਖਿਆ ਕਰਮਚਾਰੀ, ਐਡਾ ਵੱਡਾ ਹੋਸਪਿਟਲ, ਐਡੀ OPD, 3 ਸ਼ਿਫਟਾਂ, ਅਤੇ ਮੈਨੇਜ ਕਿਵੇਂ ਕਰਦੇ ਹੋ? ਇਹ ਇਸ ਲਈ ਔਖਾ ਜੀ, ਦੇਖ ਸਕਦੇ ਹਾਂ ਆਪਾਂ ਬਾਹਰ ਕਿ ਕਿਸ ਤਰ੍ਹਾਂ ਨਾਲ ਕੰਟਰੋਲ ਕਰਨਾ ਸਾਡੇ ਲਈ ਔਖਾ ਭੀੜ ਨੂੰ। ਇਹ OPD ਦਾ ਹਾਲ ਹੈ, ਐਮਰਜੈਂਸੀ ਦਾ ਹਾਲ ਇਸ ਤੋਂ ਵੀ ਮਾੜਾ ਹੁੰਦਾ ਹੈ, ਖਾਸ ਕਰਕੇ ਸ਼ਾਮ ਨੂੰ। ਤਾਂ ਡਾਕਟਰੀ ਜਿਹੜੀ ਹੈਗੀ ਆ ਉਹ ਸਾਈਡ 'ਤੇ ਲਹਿਦਾ ਕਰਕੇ ਸਾਨੂੰ ਬਹੁਤ ਚਿਰ ਦੀ ਮਿਹਨਤ ਕਰਨੀ ਪੈਂਦੀ ਹੈ, ਲੋਕਾਂ ਦੀ ਮਿਹਨਤ ਕਰਨੀ ਪੈਂਦੀ ਹੈ ਵੀ ਤੁਸੀਂ ਆਪਦਾ ਲਾਈਨ ਬਣਾ ਕੇ ਆਓ, ਅਤੇ ਇਸ ਕਰਕੇ ਅਸੀਂ ਆਪਣਾ ਕੰਮ ਵਧੀਆ ਤਾਂ ਕਰ ਹੀ ਨਹੀਂ ਪਾ ਰਹੇ। ਪਲੱਸ ਡਰ 'ਤੇ ਪੈ ਦਾ ਮਾਹੌਲ ਤਾਂ ਹੈ ਹੀ ਹੈ, ਕਿਉਂਕਿ ਜਿੱਦਾਂ ਦੇ ਹੁਣ ਇੰਸੀਡੈਂਟਸ ਹੋਏ ਆ, ਜੇ ਹੋਸਪਿਟਲ ਮੈਡੀਕਲ ਕਾਲਜਾਂ 'ਚ ਐਡੇ ਐਡੇ ਵੱਡੀਆਂ ਘਟਨਾਵਾਂ ਹੋ ਸਕਦੀਆਂ ਨੇ, ਅਤੇ ਸਾਡੇ ਹਸਪਤਾਲ ਤਾਂ ਇਹੋ ਜਿਹੇ ਵੀ ਨੇ ਪਿੰਡਾਂ ਦੇ ਵਿੱਚ ਜਿਹੜੇ ਇਕੱਲੇ ਇਕੱਲੀ ਸਟਾਫ ਨਰਸ ਜਾਂ ਇਕੱਲਾ ਡਾਕਟਰ ਚਲਾ ਰਿਹਾ ਉਹਨਾਂ ਨੂੰ, ਉੱਥੇ ਤਾਂ ਇਹ ਹੋਰ ਵੀ ਸ਼ੈਅ ਮਿਲਦੀ ਹੈ ਇਹੋ ਜਿਹੇ ਅਨਸਰਾਂ ਨੂੰ। ਸਾਡੀ ਸਰਕਾਰ ਤੋਂ ਮੰਗ ਸੀਗੀ, ਪਿੱਛੇ ਮੀਟਿੰਗ ਕੀਤੀ ਅਸੀਂ ਹੈਲਥ ਮਿਨਿਸਟਰ ਸਾਹਿਬ ਨਾਲ, ਉੱਥੇ ਅਸੀਂ ਮੰਗ ਰੱਖੀ ਸੀ ਵੀ ਜਿਹੜੇ 200 ਬੈੱਡਡ ਜ਼ਿਲ੍ਹਾ ਹਸਪਤਾਲ ਨੇ, ਟੋਟਲ 23 ਨੇ ਪੰਜਾਬ ਦੇ ਵਿੱਚ, ਅਸੀਂ ਉੱਥੇ ਕਿਹਾ ਸੀ ਵੀ 10 ਜਿਹੜੇ ਸਿਕਿਉਰਿਟੀ ਗਾਰਡ ਮਾਰਨਿੰਗ ਸ਼ਿਫਟ 'ਚ ਹੋਣੇ ਚਾਹੀਦੇ ਆ, ਆਊਟਸੋਰਸਿੰਗ 'ਤੇ ਜਿਹੜੇ ਰੱਖੇ ਹੋਏ ਆ ਕਿਸੇ ਸਿਕਿਉਰਿਟੀ ਏਜੰਸੀ ਨਾਲ, ਅਤੇ 4 ਅਸੀਂ ਈਵਨਿੰਗ 'ਚ ਕਿਹਾ ਸੀ ਅਤੇ 4 ਨਾਈਟ 'ਚ ਕਿਹਾ ਸੀ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹਾ ਹਸਪਤਾਲ 'ਤੇ 1 ਚੌਂਕੀ ਵੀ ਹੋਣੀ ਚਾਹੀਦੀ ਹੈ ਪੁਲਿਸ ਦੀ, ਇਹਨਾਂ ਨੂੰ ਆਗੂਮੈਂਟ ਕਰਨ ਵਾਸਤੇ। ਅਤੇ ਬਾਕੀ ਟੋਟਲ ਪੰਜਾਬ ਦੇ ਵਿੱਚ ਜਿਹੜੇ 42 SDH ਨੇ, ਇਹਨਾਂ 'ਤੇ ਅਸੀਂ ਕਿਹਾ ਸੀ ਵੀ 6 ਸਿਕਿਉਰਿਟੀ ਗਾਰਡ ਘੱਟੋ ਘੱਟ ਹੋਣੇ ਚਾਹੀਦੇ ਆ। ਜ਼ਿਆਦਾ ਮੁਸ਼ਕਿਲ ਮੇਰੇ ਖਿਆਲ 'ਚ ਪਿੰਡਾਂ 'ਚ ਆ ਰਹੀ ਹੈ, ਜੇ ਤਾਂ ਵੱਡਾ ਹੋਸਪਿਟਲ ਹੈ ਤਾਂ ਫਿਰ ਵੀ ਸੁਰੱਖਿਆ ਕਰਮਚਾਰੀ ਕੋਲ ਹੈਗੇ ਆ, ਪਿੰਡਾਂ 'ਚ ਡਾਕਟਰ ਸਾਹਿਬ ਹਾਲਾਤ ਕੀ? ਮੁਸ਼ਕਿਲ ਇੱਥੇ ਵੀ ਉਸੇ ਤਰ੍ਹਾਂ ਦੀ ਹੀ ਹੈ, ਕਿਉਂਕਿ ਮਰੀਜ਼ ਪਿੰਡਾਂ ਤੋਂ ਰੈਫਰ ਹੋ ਕੇ ਆਉਂਦੇ ਆ, ਜਦੋਂ ਉਹਨਾਂ ਦੀ ਵਾਰੀ ਨਹੀਂ ਆਉਂਦੀ ਕਿਉਂਕਿ ਡਾਕਟਰੀ ਸਟਾਫ ਘੱਟ ਹੈ ਜਾਂ ਹੋਰ ਅਮਲਾ ਘੱਟ ਹੈ, ਜਦੋਂ ਉਹਨਾਂ ਦੀ ਵਾਰੀ ਨਹੀਂ ਆਉਂਦੀ ਤਾਂ ਉਹ ਵੀ ਬਹੁਤ ਜ਼ਿਆਦਾ ਪੈਨਿਕ ਇੱਥੇ ਜ਼ਿਆਦਾ ਆਉਂਦੇ ਨੇ, ਉਹ ਤੈਸ਼ ਵੀ ਜ਼ਿਆਦਾ ਆਉਂਦੇ ਨੇ, ਉਹ ਆਪਣਾ ਇਲਾਜ ਭਾਲਦੇ ਨੇ ਕਿਉਂਕਿ ਉਹਨਾਂ ਨੇ ਆਪਣੇ ਦਿਹਾੜੀ ਭੰਨ ਕਰਕੇ ਇੱਥੇ ਦੁਬਾਰਾ ਇਲਾਜ ਲੈਣ ਲਈ ਆਏ ਹੁੰਦੇ ਨੇ। ਇੱਥੇ ਭੀੜ ਨੂੰ ਜ਼ਿਆਦਾ ਕੰਟਰੋਲ ਕਰਨ ਵਾਸਤੇ ਇੱਥੇ ਸਿਕਿਉਰਿਟੀ ਗਾਰਡ ਦੀ ਜ਼ਿਆਦਾ ਲੋੜ ਹੈ, ਡਾਕਟਰਾਂ ਦੀ ਜ਼ਿਆਦਾ ਲੋੜ ਹੈ, ਹੋਰ ਅਮਲੇ ਫੈਲੇ ਦੀ ਬਹੁਤ ਲੋੜ ਹੈ। ਪਿੰਡਾਂ ਦੇ ਵਿੱਚ ਭਾਵੇਂ ਭੀੜ ਘੱਟ ਹੈ ਪਰ ਉੱਥੇ ਅਲੱਗ ਤਰ੍ਹਾਂ ਦੇ ਮਸਲੇ ਨੇ, ਇਸ ਕਰਕੇ ਇਹ ਯੂਨੀਵਰਸਲ ਮਸਲਾ ਹੈ। ਈਵਨ ਜਿੱਥੇ ਭੀੜ ਨਹੀਂ ਵੀ ਹੈਗੀ ਤਾਂ ਸ਼ਰਾਰਤੀ ਅਨਸਰ ਤਾਂ ਉੱਥੇ ਵੀ ਜਾ ਸਕਦਾ ਹੈ, ਕਿ ਕੋਈ PHC ਹੈ ਪਿੰਡ ਦੇ ਵਿੱਚ, ਛੋਟੀ ਡਿਸਪੈਂਸਰੀ ਆ ਜਿੱਥੇ ਇੱਕ ਸਟਾਫ ਨਰਸ ਕੰਮ ਕਰਦੀ ਆ, ਤਾਂ ਉੱਥੇ ਵੀ ਸ਼ਰਾਰਤੀ ਅਨਸਰ ਉਹਨਾਂ ਨਾਲ ਬਦਸਲੂਕੀ ਕਰ ਸਕਦਾ। ਬਿਲਕੁਲ, ਸੁਰੱਖਿਆ ਕਰਮਚਾਰੀ ਇੰਚਾਰਜ ਨੇ ਕਿਵੇਂ ਦੇਖਦੇ ਨੇ ਬਾਈ ਜੀ, ਕਿੰਨੇ ਤੁਹਾਡੇ ਕੋਲ ਕਰਮਚਾਰੀ ਨੇ, ਕਿੰਨੀਆਂ ਸ਼ਿਫਟਾਂ ਨੇ ਔਰ ਮੈਨੇਜ ਕਿਵੇਂ ਕਰਦੇ ਹੋ ਤੁਸੀਂ? ਸਾਡੇ ਕੋਲ ਜੀ 1 JCO ਤੇ 20 ਗਾਰਡ ਆ ਜੀ ਟੋਟਲ, ਦੋਨੇ ਹਸਪਤਾਲਾਂ 'ਚ, ਚਿਲਡਰਨ 'ਚ ਔਰ ਇੱਧਰ। ਅੱਛਾ, ਦਬਾਅ ਤੁਹਾਡੇ 'ਤੇ ਕਿੱਦਾਂ ਹੁੰਦਾ ਜਦੋਂ ਮੇਨ ਪਾਵਰ ਘੱਟ ਹੋਵੇ ਤੇ ਹਰ ਪਾਸੇ ਤੁਹਾਨੂੰ ਡਰ ਹੋਵੇ, ਡਾਕਟਰਾਂ ਦੀ ਸੁਰੱਖਿਆ ਹੋਵੇ, ਮਰੀਜ਼ਾਂ ਨਾਲ ਵੀ ਕਈ ਵਾਰੀ ਜਦੋਂ? ਹਾਂਜੀ, ਦਬਾਅ ਤਾਂ ਇਹ ਹੈ ਜੀ, OPD 'ਚ ਤਕਰੀਬਨ 2 ਬੰਦੇ ਹੁੰਦੇ ਆ ਅਤੇ ਸਾਰਾ ਦੇਖਣਾ ਪੈਂਦਾ, ਸਾਰੇ ਭੀੜ ਬਹੁਤ ਹੁੰਦੀ ਹੈ, ਇਸ ਕਰਕੇ ਸਿਕਿਉਰਿਟੀ ਗਾਰਡਾਂ ਦੀ ਹੋਰ ਵੀ ਜ਼ਰੂਰਤ ਹੈ। ਕਈ ਵਾਰੀ ਮੰਨ ਲਓ ਵਾਰੀ ਨਹੀਂ ਆਉਂਦੀ ਮਰੀਜ਼ ਦੀ, ਮਰੀਜ਼ ਤੁਹਾਡੇ ਨਾਲ ਔਖੇ ਹੋ ਜਾਂਦੇ, ਜਿਵੇਂ ਬਾਹਰ ਖੜੇ ਆ ਵੇਖੋ, ਕਿਉਂਕਿ ਉਹ ਵੀ ਸੁਬਹਾ ਤੋਂ ਵਿਚਾਰੇ ਆਏ ਆ, ਡਾਕਟਰ ਉਹਨੇ ਹੈ ਨਹੀਂ ਗੇ, ਕਰੂ ਕਸੂਰ ਤਾਂ ਉਹਨਾਂ ਦਾ ਵੀ ਨਹੀਂ ਕੋਈ।
ਹਾਂਜੀ ਹਾਂ ਹੋ ਜਾਂਦਾ ਜੀ ਬਹੁਤ, ਕਈ ਵਾਰੀ ਬੰਦਾ ਭੜਕ ਜਾਂਦੇ ਆ ਕਈ, ਟਿਕਾਉਣੇ ਪੈਂਦੇ ਸ਼ਾਂਤ ਕਰਨੇ ਪੈਂਦੇ। ਮੈਨੇਜ ਕਿਵੇਂ ਕਰਦੇ ਹੋ, ਸਿਰਫ ਰਾਤ ਨੂੰ ਦੋ ਕਰਮਚਾਰੀ ਪੂਰਾ ਹਸਪੀਟਲ ਵੇਖਣਾ ਹੈਗਾ, ਟੋਟਲ 20 ਕਰਮਚਾਰੀ ਹੈ, 3 ਸ਼ਿਫਟਾਂ ਨੇ, ਮੈਨੇਜ ਕਿਵੇਂ ਕਰਦੇ ਹੋ, ਔਖਾ ਕਿੰਨਾ? ਔਖਾ ਬਹੁਤ ਹੈ ਜੀ ਰਾਤ ਨੂੰ ਤਾਂ, ਖਾਸ ਕਰਕੇ ਐਮਰਜੈਂਸੀ ਜ਼ਿਆਦਾ ਔਖਾ ਜੀ, ਕਿਉਂਕਿ ਟੋਟਲ 2 ਕਰਮੀ ਹੁੰਦੇ ਸਾਡੇ ਕੋਲ ਸੁਰੱਖਿਆ ਕਰਮੀ, ਇੱਕ ਤਾਂ ਬੰਦੇ ਦੀ ਡਿਊਟੀ ਵਾਰਡ 'ਚ ਹੁੰਦੀ ਜੀ, ਇੱਕ ਐਮਰਜੈਂਸੀ ਹੁੰਦਾ, ਐਮਰਜੈਂਸੀ ਰਾਤ ਨੂੰ ਬਹੁਤ ਜਾਣੀ ਕਿ ਕਈ ਵਾਰੀ ਕੰਡੀਸ਼ਨ ਮਰੀਜ਼ ਦੀ ਇਹੋ ਜਿਹੀ ਹੁੰਦੀ ਹੈ ਕਿ ਉਹਦੇ ਨਾਲ 10-10 20 ਜਾਣੇ ਆ ਜਾਂਦੇ ਜੀ।